ਬੜੇ ਸਾਨੂੰ ਨਿੰਦਦੇ ਤੇ ਬੜੇ ਸਾਨੂੰ ਭੰਡਦੇ। ਹਾਂਜੀ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਕੰਬੋਜਰ ਰਗੜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤੇ ਪਹਿਲਾਂ ਗੱਲ ਕਰਦੇ ਹਾਂ ਪ੍ਰੇਮ ਢਿੱਲੋਂ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਇਸ ਸਾਲ ਪ੍ਰੇਮ ਢਿੱਲੋਂ ਵੱਲੋਂ ਵੀ ਬਹੁਤ ਸਾਰੇ ਗਾਣੇ ਰਿਲੀਜ਼ ਕੀਤੇ ਗਏ ਨੇ, ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਪ੍ਰੇਮ ਢਿੱਲੋਂ ਵੱਲੋਂ ਕਿਹਾ ਗਿਆ ਸੀ ਕਿ ਜਲਦੀ ਹੀ ਨਵੀਂ ਈਪੀ ਵੀ ਰਿਲੀਜ਼ ਕੀਤੀ ਜਾਊਗੀ। ਤੇ ਬਾਅਦ ਵਿੱਚ ਪ੍ਰੇਮ ਢਿੱਲੋਂ ਵੱਲੋਂ ਆਪਣੀ ਈਪੀ ਬਾਰੇ ਬਹੁਤ ਸਾਰੇ ਹਿੰਟ ਵੀ ਦਿੱਤੇ ਗਏ ਸੀ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਢਿੱਲੋਂ ਵੱਲੋਂ ਆਪਣੀ ਈਪੀ ਦਾ ਪੋਸਟਰ ਤੇ ਟਰੈਕ ਲਿਸਟ ਵੀ ਰਿਲੀਜ਼ ਕਰ ਦਿੱਤੀ ਗਈ ਹੈ। ਤੇ ਈਪੀ ਦਾ ਨਾਮ ਹੈ ਫੋਰ ਦਾ ਗੈਂਗ, ਜਿਸ ਵਿੱਚ 5 ਗਾਣੇ ਨੇ। ਤੇ ਨਾਲ ਹੀ ਕੈਪਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਪੂਰੀ ਈਪੀ 21 ਨਵੰਬਰ ਨੂੰ ਰਿਲੀਜ਼ ਕਰ ਦਿੱਤੀ ਜਾਊਗੀ। ਅੱਗੇ ਵਧਦੇ ਹੋਏ ਗੱਲਬਾਤ ਕਰਦੇ ਹਾਂ ਕਰਨ ਔਜਲੇ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਹੀ ਕਰਨ ਬਾਈ ਵੱਲੋਂ ਆਪਣਾ ਇੱਕ ਹੋਰ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਗਿਆ, ਜਿਸ ਗਾਣੇ ਦਾ ਨਾਮ ਹੈ ਬੇਬੀ। ਤੇ ਇਸ ਗਾਣੇ ਨੂੰ ਹੁਣ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਗਾਣੇ ਦੀ ਵੀਡੀਓ ਨੂੰ ਯੂਟਿਊਬ ਉੱਤੇ ਇੱਕ ਦਿਨ ਵਿੱਚ 2.5 million ਤੋਂ ਵੀ ਜ਼ਿਆਦਾ ਵਿਊਜ਼ ਤੇ 1,80,000 ਤੋਂ ਵੀ ਜ਼ਿਆਦਾ ਲਾਈਕਸ ਹੋ ਚੁੱਕੇ ਨੇ। ਤੇ ਨਾਲ ਹੀ ਇਹ ਗਾਣਾ 22 number ਤੇ ਵੀ ਟ੍ਰੈਂਡ ਕਰ ਰਿਹਾ ਹੈ। ਤੇ ਤੁਹਾਨੂੰ ਇਹ ਗਾਣਾ ਕਿੱਦਾਂ ਦਾ ਲੱਗਿਆ ਕਮੈਂਟ ਵਿੱਚ ਗਾਣੇ ਨੂੰ 10 ਵਿੱਚੋਂ ਰੇਟ ਜ਼ਰੂਰ ਕਰਿਓ। ਤੇ ਬੇਬੀ ਗਾਣੇ ਬਾਰੇ ਹੀ ਗੱਲਬਾਤ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਕਰਨ ਔਜਲੇ ਦਾ ਨਵਾਂ ਗਾਣਾ ਰਿਲੀਜ਼ ਹੁੰਦਾ ਹੈ, ਹਮੇਸ਼ਾ ਹੀ ਪੰਜਾਬੀ ਸਿੰਗਰਸ ਵੱਲੋਂ ਕਰਨ ਬਾਈ ਦਾ ਗਾਣਾ ਸ਼ੇਅਰ ਜ਼ਰੂਰ ਕੀਤਾ ਜਾਂਦਾ ਹੈ। ਤੇ ਉਦਾਂ ਹੀ ਹੁਣ ਇੱਕ ਵਾਰ ਫਿਰ ਜੋਰਡਨ ਸੰਧੂ ਵੱਲੋਂ ਕਰਨ ਬਾਈ ਦਾ ਬੇਬੀ ਗਾਣਾ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤਾ ਗਿਆ ਹੈ। ਤੇ ਨਾਲ ਹੀ ਸਟੋਰੀ ਵਿੱਚ ਬੇਬੀ ਗਾਣੇ ਦੀ ਇੱਕ ਲਾਈਨ ਲਿਖਦੇ ਹੋਏ ਕਰਨ ਔਜਲੇ ਨੂੰ ਟੈਗ ਲਾਇਆ ਗਿਆ ਹੈ। ਤੇ ਕਰਨ ਬਾਈ ਵੱਲੋਂ ਵੀ ਇਹ ਸਟੋਰੀ ਰੀਸ਼ੇਅਰ ਕੀਤੀ ਗਈ ਹੈ। ਤੇ ਅੱਗੇ ਵਧਦੇ ਹੋਏ ਗੱਲ ਕਰੀਏ ਤਾਂ ਤੁਹਾਨੂੂੰ ਪਤਾ ਹੀ ਹੈ ਕਿ ਵਿਕੀ ਕੌਸ਼ਲ ਵੱਲੋਂ ਵੀ ਅਕਸਰ ਹੀ ਕਰਨ ਬਾਈ ਦੇ ਗਾਣੇ ਸ਼ੇਅਰ ਕੀਤੇ ਜਾਂਦੇ ਨੇ। ਤੇ ਉਦਾਂ ਹੀ ਹੁਣ ਵਿਕੀ ਕੌਸ਼ਲ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ, ਜਿਸ ਦੀ ਬੈਕਗ੍ਰਾਉਂਡ ਦੇ ਵਿੱਚ ਕਰਨ ਬਾਈ ਦਾ ਫਾਇਰ ਗਾਣਾ ਪਲੇ ਕੀਤਾ ਗਿਆ ਹੈ। ਬਾਕੀ ਬੇਬੀ ਗਾਣੇ ਵਿੱਚ ਕਰਨ ਬਾਈ ਨੇ ਕਿਨੂੰ ਕੀਤਾ ਰਿਪਲਾਈ ਤੇ ਸ਼ੁਭ ਦੀ ਵੀ ਆ ਰਹੀ ਹੈ ਨਵੀਂ ਐਲਬਮ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ। ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।